पंजाब यूनिवर्सिटी दी सब तो पुरानियां पार्टियां दे विचों एक पार्टी सोपू इस बार वापसी कर रही है। सोपू दे ते बैन भी लग्या रहा है, सोपू हुण 10 साल बाद आई वी एस जिन्हां करके बैन लग्या की उन्हां दे नाल हुण संबंध ने सोपू स्टूडेंट दी पार्टी नूं दुबारा लॉन्च करन लगे आ वी स्टूडेंट दे जिहड़ा स्टूडेंट दा जिवें कहला वी पर शोषण इत्थे हुंदा रहा अपने जिहड़े संबंध ने सोपू जिन्हां ने बनाई सी एस्टैबलिश करी सी 1997 दे विच ठीक है संधावा सर उन्हां नाल कंसल्ट करके चल रहे हैं बाकी जिहड़े पिछले बंदे नाल साडा कोई संबंध नहीं। तुहाडे उरों दे जिते हुए नुमाइंदे पार्टी दे अगे जाके जिहड़े कांग्रेस दे विच राजे ने वड्डे चेहरे बने ने कांग्रेस दे तुहाडी जिहड़ी पार्टी दी विचारधारा अनरोल विद्यार्थी विचारधारा जां अगे जाके राजनीति दे विच किसे पार्टी दा नेमा करना ओह असीं ਪਹਿਲਾਂ ਵੀ ਕਲੀਅਰ ਕਰ ਚੁੱਕਿਆ ਪੇਰੈਂਟ ਕਾਨਫਰੰਸ ਵੀ ਸਾਡੀ ਇਹ ਸਿਰਫ ਸਟੂਡੈਂਟ ਦੀ ਪਾਰਟੀ ਹੈ ਅਤੇ ਇੱਥੇ ਯੂਨੀਵਰਸਿਟੀ ਦੇ ਵਿੱਚ ਹੀ ਰਹੂਗੀ ਇੱਥੇ ਜਨਮ ਹੋਇਆ ਦਾ ਇੱਥੇ ਹੀ ਰਹੂਗੀ ਇਹ ਅਤੇ ਅਸੀਂ ਚਲੇ ਜਾਵਾਂਗੇ ਅੱਗੇ ਸਟੂਡੈਂਟ ਸਾਂਭਣਗੇ ਅਸੀਂ ਇੱਥੋਂ ਇਹਨੂੰ ਬਾਹਰ ਨਹੀਂ ਲੈ ਕੇ ਜਾਣਾ ਨਾ ਹੀ ਅਸੀਂ ਉੱਥੇ ਜਾ ਕੇ ਬਾਹਰ ਪੋਲੀਟੀਕਲ ਲਿੰਕਸ ਬਣਾਉਣੇ ਆਪਾਂ। ਇੱਕ ਉਹ ਵਿਦਿਆਰਥੀ ਜਥੇਬੰਦੀਆਂ ਜਿਨ੍ਹਾਂ ਨੇ ਯੂਨੀਵਰਸਿਟੀ ਵਿੱਚ ਇਲੈਕਸ਼ਨਾਂ ਦਾ ਮਾਹੌਲ ਬਣਾ ਕੇ ਦਿੱਤਾ ਜਿਨ੍ਹਾਂ ਨੂੰ ਦੇਖ ਕੇ ਰਾਜਨੀਤਿਕ ਧਿਰਾਂ ਨੂੰ ਲੱਗਿਆ ਕਿ ਹਾਂ ਇੱਥੋਂ ਜਿਹੜੀ ਕਰੀਮ ਵੀ ਸਾਨੂੰ ਮਿਲ ਸਕਦੀ ਹੈ ਸਾਡੇ ਵਾਸਤੇ ਇੱਥੋਂ ਸਾਨੂੰ ਵੋਟ ਬੈਂਕ ਵੀ ਮਿਲ ਸਕਦੀ ਹੈ ਸਾਨੂੰ ਰੈਲੀਆਂ 'ਚ ਮੁੰਡੇ ਵੀ ਇੱਥੋਂ ਮਿਲ ਸਕਦੇ ਨੇ ਸਾਨੂੰ ਜੇ ਅਸੀਂ ਗੁੰਡੇ ਪੈਦਾ ਕਰਨੇ ਨੇ ਉਹ ਵੀ ਇੱਥੋਂ ਮਿਲ ਸਕਦੇ ਨੇ। ਭਾਈ ਜੀ ਸਟੂਡੈਂਟਸ ਵੀ ਸਿਆਣੇ ਹੋ ਗਏ ਉਹ ਹੁਣ ਇਹਨਾਂ ਦੇ ਝਾਂਸੇ ਦੇ ਵਿੱਚ ਨਹੀਂ ਆਉਂਦੇ ਹੈਗੇ ਇਹਨਾਂ ਦੀਆਂ ਰੈਲੀਆਂ ਦੇਖ ਕੇ ਇਹਨਾਂ ਵੱਲ ਨਹੀਂ ਆਉਂਦੇ ਉਹ ਜਿਹਨਾਂ ਇਹ ਜਾਂਦੇ ਜਦੋਂ ਕਲਾਸਾਂ ਦੇ ਵਿੱਚ ਉਹਨਾਂ ਨੂੰ ਸਵਾਲ ਕਰਦੇ ਨੇ ਵੀ ਤੁਸੀਂ ਸਾਡੇ ਲਈ ਕਰੋਗੇ ਕੀ ਸਾਡੇ ਇੰਸਟਰਕਚਰ ਲਈ ਕਰੋਗੇ ਸਾਡੀ ਸਟੱਡੀ ਲਈ ਕੀ ਕਰੋਗੇ ਸਾਡੇ ਹੋਸਟਲਸ ਲਈ ਕੀ ਕਰੋਗੇ ਅੱਗੋਂ ਸਵਾਲ ਕਰਦੇ ਨੇ। ਵਿਦਿਆਰਥੀਆਂ ਦੇ ਲਈ ਇੱਕ ਸਵਾਲ ਹੈ ਕਿ ਆਖਰ ਕਿਹਨਾਂ ਕਾਰਨਾਂ ਕਰਕੇ ਵਿਦਿਆਰਥੀ ਸੋਪੂ ਨੂੰ ਵੋਟ ਪਾਉਣ ਆਉਣ ਵਾਲੇ ਸਾਨੂੰ ਇੱਕ ਮੌਕਾ ਦੇ ਕੇ ਦੇਖ ਲੈਣ ਜੇ ਉਹਨਾਂ ਦੇ ਕੰਮ ਨਾ ਹੋਏ ਤਾਂ ਫਿਰ ਉਹ ਸਾਨੂੰ ਅਗਲੇ ਸਾਲ ਜੋ ਮਰਜ਼ੀ ਜਿਹੜੇ ਮਰਜ਼ੀ ਜਿੱਥੇ ਮਰਜ਼ੀ ਰੱਖਣਗੇ ਅਸੀਂ ਉਹ ਸਾਨੂੰ ਮਨਜ਼ੂਰ ਹੈ ਉਹਨਾਂ ਲਈ ਸਟੂਡੈਂਟ ਲਈ ਵੈਲਫੇਅਰ ਲਈ ਕੰਮ ਕਰਾਂਗੇ ਇੱਕ ਐਗਜ਼ਾਮਪਲ ਸੈੱਟ ਕਰਾਂਗੇ ਵੀ ਸਟੂਡੈਂਟ ਵੈਲਫੇਅਰ ਲਈ ਸਟੂਡੈਂਟ ਕੰਮ ਕਰ ਸਕਦੇ ਨੇ। 2 ਸਾਲ ਦੇ ਵਕਫੇ ਵਜੋਂ ਇਸ ਵਾਰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਚੋਣਾਂ ਦਾ ਮਾਹੌਲ ਹੈ ਸਾਰੀਆਂ ਪਾਰਟੀਆਂ ਚੋਣਾਂ ਦੇ ਵਿੱਚ ਨਿਤਰੀਆਂ ਹੋਈਆਂ ਨੇ ਵੱਡੀ ਗੱਲ ਇਹ ਕਿ ਪੰਜਾਬ ਯੂਨੀਵਰਸਿਟੀ ਦੀਆਂ ਸਭ ਤੋਂ ਪੁਰਾਣੀਆਂ ਪਾਰਟੀਆਂ ਦੇ ਵਿੱਚੋਂ ਇੱਕ ਪਾਰਟੀ ਸੋਪੂ ਇਸ ਵਾਰ ਵਾਪਸੀ ਕਰ ਰਹੀ ਹੈ ਤਕਰੀਬਨ 10 ਸਾਲਾਂ ਬਾਅਦ ਇੱਕ ਵੱਡੀ ਵਾਪਸੀ ਸੋਪੂ ਦੀ ਹੋ ਰਹੀ ਹੈ 2019 ਦੇ ਵਿੱਚ ਵੀ ਚੋਣਾਂ ਲੜੀਆਂ ਗਈਆਂ ਪਰ ਵੱਡੇ ਪੱਧਰ ਦੇ ਉੱਤੇ ਇਸ ਵਾਰ ਸੋਪੂ ਵਾਪਸੀ ਕਰ ਰਹੀ ਹੈ ਤਾਂ ਸਾਡੇ ਨਾਲ ਸੋਪੂ ਦੇ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਪਾਰਟੀ ਦੇ ਨੁਮਾਇੰਦੇ ਚੇਅਰਮੈਨ ਰਵਿੰਦਰ ਸਿੰਘ ਮੌਜੂਦ ਨੇ ਉਹਨਾਂ ਤੋਂ ਜਾਣਾਂਗੇ ਕਿ ਆਖਰ ਸੋਪੂ ਦਾ ਵਿਜ਼ਨ ਕੀ ਹੈ ਅਤੇ 10 ਸਾਲਾਂ ਬਾਅਦ ਕਿਹੜੇ ਬਦਲਾਵਾਂ ਦੇ ਨਾਲ ਸੋਪੂ ਪੰਜਾਬ ਯੂਨੀਵਰਸਿਟੀ ਦੇ ਵਿੱਚ ਨਿਤਰੀ ਹੈ। ਬਾਈ ਜੀ ਸਵਾਗਤ ਕਰਦੇ ਹਾਂ ਤੁਹਾਡਾ। ਸਭ ਤੋਂ ਪਹਿਲਾਂ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਚਾਹਾਂਗੇ ਕਿ ਤਕਰੀਬਨ 10 ਸਾਲ ਦੇ ਵਕਫੇ ਵਜੋਂ ਆਏ ਹੋ 2019 ਦੇ ਵਿੱਚ ਛੋਟੇ ਮਾਰਜਨ ਦੇ ਉੱਤੇ ਲੜੇ ਜੀ ਅਤੇ ਇਹਨਾਂ 10 ਸਾਲਾਂ ਦੇ ਵਿੱਚ ਕਿਹੜੇ ਕਿਹੜਾ ਜਿਹੜਾ ਵੱਡਾ ਬਦਲਾਵ ਹੈ ਉਹ ਲੈ ਕੇ ਆਏ ਹੋ? ਬਦਲਾਵ ਜੀ 10 ਸਾਲਾਂ ਦਾ ਅਸੀਂ ਇਹੀ ਵਿਜ਼ਨ ਲੈ ਕੇ ਆਏ ਯੂਨੀਵਰਸਿਟੀ ਦੇ ਵਿੱਚ ਵੀ ਸਟੂਡੈਂਟ ਪਾਰਟੀ ਨੂੰ ਦੁਬਾਰਾ ਰਿਵਾਈਵ ਕਰਿਆ ਜਾਵੇ ਜਿਹੜਾ ਕਿ ਪੋਲੀਟੀਕਲ ਪਾਰਟੀਜ਼ ਨੇ ਇਸ ਨੂੰ ਸਾਈਡਲਾਈਨ ਕਰ ਦਿੱਤਾ ਗਿਆ ਸੀਗਾ ਇਹਦਾ ਸਾਰਾ ਕੈਡਰ ਹਾਈਜੈਕ ਕਰਕੇ ਪੋਲੀਟੀਕਲ ਪਾਰਟੀਆਂ ਚਲੇ ਗਿਆ ਸੀ ਉਹਨਾਂ ਨੇ ਆਪਣੇ ਪੋਲੀਟੀਕਲ ਦੇਖੇ ਲਿੰਕ ਦੇਖੇ ਅਤੇ ਸਟੂਡੈਂਟ ਪਾਰਟੀ ਨੂੰ ਸਾਈਡਲਾਈਨ ਕਰਤਾ ਬਸ ਉਹੀ ਸਟੂਡੈਂਟ ਦੀ ਪਾਰਟੀ ਨੂੰ ਦੁਬਾਰਾ ਲਾਂਚ ਕਰਨ ਲੱਗੇ ਹਾਂ ਵੀ ਸਟੂਡੈਂਟ ਦੇ ਜਿਹੜਾ ਸਟੂਡੈਂਟ ਦਾ ਜਿਵੇਂ ਕਹਿੰਦਾ ਵੀ ਆਪਾਂ ਸ਼ੋਸ਼ਣ ਇੱਥੇ ਹੁੰਦਾ ਰਿਹਾ ਹੋ ਰਿਹਾ ਪੋਲੀਟੀਕਲ ਪਾਰਟੀਜ਼ ਵੱਲੋਂ ਵੀ ਅਸੀਂ ਤੁਹਾਡੇ ਕੰਮ ਕਰਵਾਵਾਂਗੇ ਸਾਨੂੰ ਵੋਟ ਮਿਲੂਗੀ ਉਸ ਚੀਜ਼ ਨੂੰ ਸਾਈਡਲਾਈਨ ਕਰਦੇ ਹੋਏ ਸਟੂਡੈਂਟ ਪਾਰਟੀ ਨੂੰ ਅੱਗੇ ਲੈ ਕੇ ਆ ਰਹੇ ਵੀ ਸਟੂਡੈਂਟ ਆਪਣੇ ਕੰਮ ਆਪ ਕਰਵਾ ਸਕਣ ਜਿੱਦਾਂ DSW ਕੋਲ ਜਾ ਕੇ ਉਹਨਾਂ ਨੂੰ ਨਾਂ ਨਾ ਸੁਣਨੀ ਪਵੇ ਕਿਸੇ ਦੀ ਸਪਾਰਟ ਦੀ ਲੋੜ ਨਾ ਪਵੇ ਇੱਕ ਇਹ ਵਿਜ਼ਨ ਲੈ ਕੇ ਚੱਲ ਰਹੇ ਹਾਂ ਅਸੀਂ ਅਤੇ ਬਾਕੀ ਹੋਸਟਲ ਟ੍ਰਾਂਸਪਰੈਂਸੀ ਜਿਹੜੀ ਸਭ ਤੋਂ ਵੱਡੀ ਹੈ ਇੱਥੇ ਵੀ ਬਹੁਤ ਸਾਰੇ ਕਮਰੇ ਤੁਸੀਂ ਦੇਖ ਲਓ ਵੀ ਹੋਸਟਲ ਜਾ ਕੇ ਖਾਲੀ ਪਏ ਰਹਿੰਦੇ ਨੇ ਪਰ ਉਹ ਸਟੂਡੈਂਟ ਨੂੰ ਅਲੋਟ ਨਹੀਂ ਕਰੇ ਜਾਂਦੇ ਉਹ ਟ੍ਰਾਂਸਪਰੈਂਸੀ ਲੈ ਕੇ ਚੱਲ ਰਹੇ ਹਾਂ ਅਸੀਂ। ਜੀ ਜਿਵੇਂ ਤੁਸੀਂ ਆਖਿਆ ਕਿ ਜਿਹੜੀ ਰਾਜਨੀਤਿਕ ਜਿਹੜੀਆਂ ਵੱਡੀਆਂ ਧਿਰਾਂ ਨੇ ਉਹ ਵਿਦਿਆਰਥੀਆਂ ਨੂੰ ਵਰਤਦੀਆਂ ਨੇ ਵੋਟ ਬੈਂਕ ਦੀ ਤਰ੍ਹਾਂ ਕਿ ਤੁਹਾਡੇ ਕੰਮ ਕਰਾਉਂਦੇ ਆ ਤਾਂ ਵੋਟ ਸਾਨੂੰ ਪਾਉਣੀ ਪੈਣੀ ਆ ਪਰ ਹੁਣ ਸੋਪੂ ਇਹ ਬਦਲਾਵ ਨੂੰ ਲੈ ਕੇ ਮੰਗ ਕਰ ਰਹੀ ਹੈ ਇਸ ਬਦਲਾਵ ਦੀ ਮੰਗ ਕਰ ਰਹੀ ਹੈ ਪਰ ਇੱਕ ਸਮਾਂ ਇਹ ਵੀ ਰਿਹਾ ਕਿ ਸੋਪੂ ਨੇ ਉਹਨਾਂ ਧਿਰਾਂ ਦੇ ਨਾਲ ਏਕਾ ਕਰਕੇ ਚੋਣਾਂ ਲੜੀਆਂ ਨੇ ਕੀ ਹੁਣ ਸੋਪੂ ਏਕਾ ਨਹੀਂ ਕਰੂਗੀ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਗੱਲ ਦੇ ਉੱਤੇ ਤੁਸੀਂ ਚੱਲ ਰਹੇ ਹੋ ਕਿ ਅਸੀਂ ਉਹਨਾਂ ਧਿਰਾਂ ਨੂੰ ਇੱਥੋਂ ਬਾਹਰ ਕੱਢਣਾ ਚਾਹੁੰਦੇ ਹਾਂ ਉਸ ਤਰ੍ਹਾਂ ਦੀ ਰਾਜਨੀਤੀ ਤੋਂ ਇੱਥੋਂ ਬਾਹਰ ਕੱਢਣਾ ਚਾਹੁੰਦੇ ਹਾਂ ਕੀ ਸੋਪੂ ਉਹਨਾਂ ਧਿਰਾਂ ਦੇ ਨਾਲ ਹੁਣ ਕਦੇ ਸਮਝੌਤਾ ਕਰੇਗੀ ਜਾਂ ਨਹੀਂ ਕਰੇਗੀ? ਨਹੀਂ ਨਹੀਂ ਸੋਪੂ ਨੇ ਉਸ ਟਾਈਮ ਵੀ ਨਹੀਂ ਕਰਿਆ ਸੀਗਾ ਸਗੋਂ ਉਸ ਟਾਈਮ ਸੋਪੂ ਦੇ ਲਿੰਕ ਨਾ ਹੋਣ ਕਰਕੇ ਹੀ ਸੋਪੂ ਨੂੰ ਖਤਮ ਕਰਿਆ ਗਿਆ ਸੀਗਾ ਵੀ ਆ ਨਹੀਂ ਰਹੇ ਤਿੰਨਾਂ ਦੇ ਬੰਦੇ ਉੱਧਰ ਤਾਂ ਹੀ ਨਾਮ ਬਦਲਿਆ ਗਿਆ ਸੀਗਾ ਤਾਂ ਹੀ ਸੋਪੂ ਨੂੰ ਸਾਈਡਲਾਈਨ ਕਰ ਦਿੱਤਾ ਗਿਆ ਇਸ ਕਰਕੇ ਸੋਪੂ ਨੂੰ ਉਸ ਟਾਈਮ ਖਤਮ ਕਰਿਆ ਗਿਆ ਸੀ ਵੀ ਇਹ ਆ ਨਹੀਂ ਰਹੇ ਹੈਗੇ ਇਹਨਾਂ ਦੇ ਬੰਦੇ ਪੱਟ ਕੇ ਉਹ ਆਪਣੇ ਜਿਹੜੇ ਸੀਨੀਅਰ ਲੀਡਰ ਸੀਗੇ ਸਾਡੀ ਜਿਹੜੀ ਇੱਥੇ ਸੋਪੂ ਦੇਖਦੇ ਸੀਗੇ ਉਹਨਾਂ ਨੂੰ ਹੀ ਲੈ ਗਏ ਸੀ ਉਹ ਅਤੇ ਕੀ ਜਿਵੇਂ ਤੁਹਾਡੇ ਉਰੋਂ ਦੇ ਜਿੱਤੇ ਹੋਏ ਨੁਮਾਇੰਦੇ ਪਾਰਟੀ ਦੇ ਅੱਗੇ ਜਾ ਕੇ ਜਿਹੜੇ ਕਾਂਗਰਸ ਦੇ ਵਿੱਚ ਰਾਜੇ ਰਹੇ ਨੇ ਵੱਡੇ ਚਿਹਰੇ ਬਣੇ ਨੇ ਕਾਂਗਰਸ ਦੇ ਕੀ ਹੁਣ ਤੁਹਾਡੀ ਜਿਹੜੀ ਪਾਰਟੀ ਦੀ ਵਿਚਾਰਧਾਰਾ ਅਨਰੋਲ ਵਿਦਿਆਰਥੀ ਵਿਚਾਰਧਾਰਾ ਜਾਂ ਅੱਗੇ ਜਾ ਕੇ ਰਾਜਨੀਤੀ ਦੇ ਵਿੱਚ ਕਿਸੇ ਪਾਰਟੀ ਦਾ ਨੇਮਾ ਕਰਨ ਦਾ? ਉਹ ਅਸੀਂ ਪਹਿਲਾਂ ਵੀ ਕਲੀਅਰ ਕਰ ਚੁੱਕੇ ਹਾਂ ਪੇਰੈਂਟਸ ਕਾਨਫਰੰਸ 'ਚ ਵੀ ਸਾਡੀ ਇਹ ਸਿਰਫ ਸਟੂਡੈਂਟ ਦੀ ਪਾਰਟੀ ਹੈ ਅਤੇ ਇੱਥੇ ਯੂਨੀਵਰਸਿਟੀ ਦੇ ਵਿੱਚ ਹੀ ਰਹੂਗੀ ਇੱਥੇ ਹੀ ਜਨਮ ਹੋਇਆ ਦਾ ਇੱਥੇ ਹੀ ਰਹੂਗੀ ਇਹ
असं चले जाएंगे अगे स्टूडेंट सामभ लेंगे असं इतों इन बहर नहीं लैके जाना ना ही असं उ बहर पोलीटिकल लिंक्स बनाने अपने इतने के स्टूडेंट से। तो 10 साल बाद जिमें सोपू के उ बैन भी लग्या रहा है जी जी। सोपू हूँ 10 साल बाद आई भी है 10 साल का जो वक्फा पा के आई है तो वो जिन्हों करके बैन लग्या कि उन्होंने नाल हुण संबंध ने सोपू के नहीं इस तरह के सर कोई संबंध नहीं है अपने अपने जोड़े संबंध ने सोपू जिन्होंने बनाई से स्टैबलिश करी से 1997 के रंधावा सर उन्होंने कंसल्ट करके चल रहे हैं बाकी जो पिछले बंद कोई संबंध नहीं दौरान सौ कोई संबंध उन्होंने कोई संबंध नहीं है जिन्होंने बनाई सी उन्होंने उन्होंने नक्शे कदमा से ही सू गाइडलाइन करते हैं तो उन्होंने ही सलाह चलते हैं। डाउनफॉल का की कारण मानते हो कि एक वो विद्यार्थी जथेबंदियां जिन्होंने यूनिवर्सिटी इलैक्शन का माहौल बना के दिता जिन्होंने देख के राजनीतिक धिरों लग्या कि हाँ इतों जी क्रीम भी सूँ मिल सकती है साढ़े वास्ते इतों सूँ वोट बैंक भी मिल सकती है सूँ रैलिया मुंडे भी इतों मिल सकते हैं सूँ जे असी गुंडे पैदा करने वो भी इतों मिल सकते हैं तो वह तुहानू देख के इतने बड़ी तो वह पार्टियां का इन्ना डाउनफॉल क्यों आया सोपू के डाउनफॉल का की कारण मानते हो। सोपू के डाउनफॉल भाई उस टाइम वो पार्टियां नवी नवी आई सगियां तो उन्होंने जो पोलीटिकल पार्टी से देख लो भी चढ़ते सूरज में सलाम होंगी है उस टाइम इतने इस ये पद्धर के काफ़ी उच्चे से जोड़े ये मैंबर से हर साल जितते सके प्रेजिडेंट जितते सके तो उन्होंने लग्या भी इतों ही बंदे कढ़े जा सकते अपने अगे लैके जा सकते आप एम एल ए कोई भी लालच दे सकते हैं वो नवे नवे आए होंगे ने जो पोलीटिकल पार्टीज नवी आई सी उन्होंने बच्चों आके जोड़े इतने लीडर से स्टूडेंट लीडर से उन्होंने सौ तरह के उस टाइम की पता हूँ की लालच दते होंगे कि उन्होंने क्या होगा कि उन्होंने गल्ला हुई होनगियाँ तो उन्होंने आपदे अंडर कर रहे हो जी उस करके ही उधर ज़्यादा झुका हो गया उन्होंने जिमें एक बार यूनिवर्सिटियों के माहौल इस तरह का भी बनया कि गड्डिया रैलियाँ वो आकर्षित कर दें विद्यार्थियों पर इस बार देखने को यह लगता है पिछले कुछ वक्फे के विद्यार्थियों मुद्दे आकर्षित करते हैं कि मुद्दे की ने विद्यार्थी कहते हैं कि सानूं मुद्दे दसो तुसीं किन एजेंडे के उत्ते चोण लड़ना चाहते हो वो आकर्षित करते हैं। सोपू किस किस तरह कि वह रैलियाँ उत्ते आधारित रहना चाहती है ज रैलियां मुख रख के चलोगे कि हाँ असीं रैलियाँ कढ़ांगे वड्डियां गड्डियां नाल यूथ नूं आकर्षित करांगे जां तुसीं एजेंडे नूं लैके चलोगे। हुण भाई जी स्टूडेंट्स भी सियाने हो गए वो हुण इन्हां दे झांसे दे विच नहीं आउंदे हैगे इन्हां दीआं रैलियां देख के इन्हां वल नहीं आउंदे ਇਹ ਜਾਂਦੇ ਜਦੋਂ ਕਲਾਸਾਂ ਦੇ ਵਿੱਚ ਉਹਨਾਂ ਨੂੰ ਸਵਾਲ ਕਰਦੇ ਨੇ ਵੀ ਤੁਸੀਂ ਸਾਡੇ ਲਈ ਕਰੋਗੇ ਕੀ ਉਹ ਅੱਗੋਂ ਹੁਣ ਸਵਾਲ ਕਰਦੇ ਨੇ ਪਹਿਲਾਂ ਸਟੂਡੈਂਟ ਨਹੀਂ ਕਰਦੇ ਸੀਗੇ ਉਹ ਉਦੋਂ ਜਿਵੇਂ ਕਹਿ ਲਾ ਵੀ ਹੁਣ ਇਹਨਾਂ ਨੂੰ ਰੰਗ ਦੇਖ ਚੁੱਕਿਆ ਕਈ ਸਾਲਾਂ ਦੇ ਵਿੱਚ ਪੋਲੀਟੀਕਲ ਪਾਰਟੀ ਦੇ ਰੰਗ ਵੀ ਇਹ ਰੈਲੀਆਂ ਕਰਨਗੇ ਅਤੇ ਸਾਡੇ ਕੋਲ ਵੱਡੇ ਵੱਡੇ ਗਰੁੱਪ ਲੈ ਕੇ ਆਉਣਗੇ ਸਾਡੇ 'ਤੇ ਗੱਲਾਂ ਕਰਨਗੇ ਪੈਸੇ ਲਾਉਣਗੇ ਉਹ ਉਹਨਾਂ ਨੇ ਸਾਰਾ ਕੁਝ ਦੇਖ ਚੁੱਕੇ ਨੇ ਹੁਣ ਉਹ ਸਵਾਲ ਕਰਦੇ ਨੇ ਵੀ ਸਾਡੇ ਲਈ ਕੀ ਕਰੋਗੇ ਸਾਡੇ ਇੰਫਰਾਸਟ੍ਰਕਚਰ ਲਈ ਕਰੋਗੇ ਸਾਡੀ ਸਟੱਡੀ ਲਈ ਕੀ ਕਰੋਗੇ ਸਾਡੇ ਹੋਸਟਲਸ ਲਈ ਕੀ ਕਰੋਗੇ ਅੱਗੋਂ ਸਵਾਲ ਕਰਦੇ ਨੇ। ਸੋਪੂ ਦਾ ਇੱਕ ਇਹੀ ਮੈਨੀਫੈਸਟੋ ਆ ਵੀ ਸਟੂਡੈਂਟ ਪਾਰਟੀ ਨੂੰ ਅੱਗੇ ਲੈ ਕੇ ਆਈਏ ਜਿਹੜੇ ਤੁਹਾਡੇ ਕੰਮ ਨੇ ਉਹ ਤੁਸੀਂ ਖੁਦ ਆਪ ਜਾ ਕੇ ਕਰਵਾ ਸਕੋ ਤੁਹਾਨੂੰ ਕਿਸੇ ਸਿਫਾਰਸ਼ ਦੀ ਲੋੜ ਨਾ ਪਵੇ। ਤਾਂ ਤੁਸੀਂ ਵਿਦਿਆਰਥੀਆਂ ਦੇ ਜਿਹੜੇ ਵਿਦਿਆਰਥੀ ਨੂੰ ਅੱਗੇ ਲਿਆਉਣਾ ਚਾਹੁੰਦੇ ਹੋ ਕਿ ਵਿਦਿਆਰਥੀ ਅੱਗੇ ਹੋਣ ਰਾਜਨੀਤਿਕ ਪਾਰਟੀਆਂ ਦਾ ਜਿਹੜੀ ਖਹਿੜਾ ਛੱਡ ਕੇ ਵਿਦਿਆਰਥੀ ਆਪਣੇ ਪੱਧਰ ਉੱਤੇ ਜਿਹੜੇ ਆਪਣੇ ਮਸਲੇ ਨੇ ਉਹ ਹੱਲ ਕਰ ਸਕਣ। ਤਾਂ ਹੁਣ ਸੋਪੂ ਆਪਣੇ ਪੱਧਰ 'ਤੇ ਚੋਣ ਲੜੂਗੀ ਜਾਂ ਕਿਸੇ ਦੇ ਨਾਲ ਰਲੇਵਾਂ ਕਰਕੇ ਲੜੂਗੀ 10 ਸਾਲ ਦਾ ਵਕਫਾ ਪੈ ਗਿਆ ਹੈ ਨਾ ਤਾਂ ਜਦੋਂ ਕੋਈ ਧਿਰ ਕਮਜ਼ੋਰ ਹੁੰਦੀ ਹੈ ਤਾਂ ਮਜ਼ਬੂਤ ਧਿਰ ਦਾ ਸਹਾਰਾ ਲੈਂਦੀ ਹੈ ਕਿ ਤੁਸੀਂ ਸਹਾਰਾ ਲਓਗੇ? ਨਹੀਂ ਨਹੀਂ ਸਰ ਇਹ ਅਸੀਂ ਪਹਿਲਾਂ ਵੀ ਕਲੀਅਰ ਕਰ ਚੁੱਕੇ ਹਾਂ ਨਾ ਹੀ ਅਸੀਂ 2019 'ਚ ਜਦੋਂ ਵਾਪਸੀ ਕਰੀ ਸੀਗੀ ਇੱਕ ਸੀਟ ਲਈ ਜੁਆਇੰਟ ਸੈਕਟਰੀ 'ਤੇ ਉਦੋਂ ਵੀ ਨਹੀਂ ਅਸੀਂ ਬਿਲਕੁਲ ਇੰਡੀਪੈਂਡੈਂਟ ਲੜੇ ਹਾਂ ਅਤੇ ਇਸ ਸਾਲ ਵੀ ਅਸੀਂ ਕਲੀਅਰ ਕਰ ਚੁੱਕੇ ਹਾਂ ਵੀ ਸੋਪੂ ਇਸ ਸਾਲ ਵੀ ਇੰਡੀਪੈਂਡੈਂਟ ਹੀ ਰਹੂਗੀ ਕਿਸੇ ਦਾ ਕੋਈ ਸਹਾਰਾ ਨਹੀਂ ਲੈਣਗੇ। ਤਾਂ ਅਖੀਰ ਦੇ ਵਿੱਚ ਵਿਦਿਆਰਥੀਆਂ ਦੇ ਲਈ ਇੱਕ ਸਵਾਲ ਹੈ ਕਿ ਆਖਿਰ ਕਿਹੜਾ ਕਾਰਨਾਂ ਕਰਕੇ ਵਿਦਿਆਰਥੀ ਸੋਪੂ ਨੂੰ ਵੋਟ ਪਾਉਣ? ਸੋ ਤੁਹਾਡਾ ਸਰ ਕੁਐਸਚਨ ਬਹੁਤ ਵਧੀਆ। ਸੋਪੂ ਵਿਦਿਆਰਥੀ ਸੋਪੂ ਨੇ ਇਸ ਕਰਕੇ ਵੋਟ ਪਾਉਣ ਕਿਉਂਕਿ ਯੂਨੀਵਰਸਿਟੀ ਦੀ ਸਭ ਤੋਂ ਪੁਰਾਣੀ ਪਾਰਟੀ ਹੈ, ਸਟੂਡੈਂਟ ਪਾਰਟੀ ਹੈ। ਉਹ ਸਾਡਾ ਪਿਛਲਾ ਕੰਮ ਚੱਕ ਕੇ ਦੇਖ ਲੈਣ, ਚਾਹੇ ਹੁਣ ਹੋਣ ਵਾਲੇ ਸਾਨੂੰ ਇੱਕ ਮੌਕਾ ਦੇ ਕੇ ਦੇਖ ਲੈਣ। ਜੇ ਉਹਨਾਂ ਦੇ ਕੰਮ ਨਾ ਹੋਏ ਤਾਂ ਫਿਰ ਉਹ ਸਾਨੂੰ ਅਗਲੇ ਸਾਲ ਜੋ ਮਰਜ਼ੀ ਜਿਹੜੇ ਮਰਜ਼ੀ ਜਿੱਥੇ ਮਰਜ਼ੀ ਰੱਖਣਗੇ ਅਸੀਂ ਉਹ ਸਾਨੂੰ ਮਨਜ਼ੂਰ ਹੈ। ਉਹਨਾਂ ਲਈ ਸਟੂਡੈਂਟ ਲਈ ਵੈਲਫੇਅਰ ਲਈ ਕੰਮ ਕਰਾਂਗੇ, ਇੱਕ ਐਗਜ਼ਾਮਪਲ ਸੈੱਟ ਕਰਾਂਗੇ ਵੀ ਸਟੂਡੈਂਟ ਵੈਲਫੇਅਰ ਲਈ ਸਟੂਡੈਂਟ ਕੰਮ ਕਰ ਸਕਦੇ ਨੇ। ਇਹੀ ਮੈਨੀਫੈਸਟੋ ਸਾਡਾ। ਜੀ, ਤਾਂ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਜਿਹੜਾ ਕੀਮਤੀ ਸਮਾਂ ਦਿੱਤਾ। ਤਾਂ ਗੱਲਬਾਤ ਕੀਤੀ ਅਰਵਿੰਦਰ ਸਿੰਘ ਦੇ ਨਾਲ। ਸੋਪੂ ਪਾਰਟੀ ਵੱਡੀ ਵਾਪਸੀ ਕਰ ਰਹੀ ਹੈ ਇਸ ਵਾਰ ਪੰਜਾਬ ਯੂਨੀਵਰਸਿਟੀਆਂ ਚੋਣਾਂ ਦੇ ਵਿੱਚ। 2019 ਦੇ ਵਿੱਚ ਆਪਣੀ ਇੱਕ ਹਾਜ਼ਰੀ ਨੁਮਾ ਵਾਪਸੀ ਇਹਨਾਂ ਨੇ ਕੀਤੀ, ਪਰ ਇਸ ਵਾਰ ਆਪਣੇ ਪੱਧਰ ਦੇ ਉੱਤੇ ਇੱਕ ਵੱਡੀ ਵਾਪਸੀ ਸੋਪੂ ਪਾਰਟੀ ਕਰਨ ਜਾ ਰਹੀ ਹੈ। ਸੋਪੂ ਪਾਰਟੀ ਉਹ ਹੈ ਜਿਹੜੀ ਪੰਜਾਬ ਯੂਨੀਵਰਸਿਟੀ ਦੀ ਸਭ ਤੋਂ ਪੁਰਾਣੀਆਂ ਧਿਰਾਂ ਦੇ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਵਿਦਿਆਰਥੀ ਜਥੇਬੰਦੀਆਂ ਦਾ ਜਿਹੜਾ ਬੂਟਾ ਇੱਥੇ ਲਾਇਆ, ਜਿੱਥੋਂ ਜਿਹੜੇ ਤਮਾਮ ਵਿਦਿਆਰਥੀ ਜਥੇਬੰਦੀਆਂ ਨੇ ਜਿਹੜੀਆਂ ਖੜੀਆਂ ਹੁੰਦੀਆਂ ਨੇ। ਤਾਂ ਹੁਣ ਵਿਦਿਆਰਥੀਆਂ ਨੇ ਦੇਖਣਾ ਕਿ ਆਖਰ ਉਹਨਾਂ ਨੇ ਕਿਹੜੀ ਧਿਰਾਂ ਨੂੰ ਚੁਣਨਾ ਹੈ। ਸਾਰੀਆਂ ਧਿਰਾਂ ਮੈਦਾਨ ਦੇ ਵਿੱਚ ਨੇ। 10 ਸਾਲਾਂ ਬਾਅਦ ਸੋਪੂ ਨੇ ਵੀ ਵਾਪਸੀ ਕੀਤੀ ਹੈ, ਤਾਂ ਇਸ ਗੱਲ ਦਾ
ਨਿਤਾਰਾ 18 ਅਕਤੂਬਰ ਨੂੰ ਹੋਵੇਗਾ ਕਿ ਆਖਰ ਵਿਦਿਆਰਥੀ ਕਿਸ ਦੇ ਹੱਕ ਦੇ ਵਿੱਚ ਫਤਵਾ ਜਾਰੀ ਕਰਦੇ ਨੇ। ਤੁਸੀਂ ਬਣੇ ਰਹੋ ਪੰਜਾਬ KTV ਦੇ ਨਾਲ, ਕੈਮਰਾਮੈਨ ਰਾਮ ਕੁਮਾਰ ਦੇ ਨਾਲ ਮੈਂ ਮਨਦੀਪ ਸਿੰਘ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ।